सत श्री अकाल जी, मैं थोड़ा अपना तमनिंदर पनेसर अज थोनू राजनीति बारे गलबात करांगे। अज थोनू मिलाने हैं उगे पत्रकार सरदार मनप्रीत सिंह जी दे नाल, गल्लां करांगे कुछ राजनीति दियां क्योंकि ये लम्मा समा राजनीति दे विच हंडा चुके ने, अजकल पत्रकारी लाइन दे विच अपनी सेवा निभा रहे हैं। आओ इस संबंध दे विच गलबात करदे हैं सरदार मनप्रीत सिंह जी दे नाल। मनप्रीत सिंह जी, सत श्री अकाल। सत श्री अकाल जी। मनप्रीत सिंह जी, तुसी पिछले लंबे समय तो राजनीति दे विच अपना नाम कमा चुके हो, राजनीति कर चुके हो, कईयां नूं राजनीति सिखा भी चुके हो, उदों दी राजनीति ते हुण दी राजनीति दे विच की फर्क है? देखो जी, पहलां दी राजनीति ते अज दी राजनीति च जमीन असमान दा फर्क पै गया। पहलां 1000 मगर 900 कुछ बंदे वर्कर होंदे सी, अज 1000 चो 900 950 लीडर है। कोई वर्कर बनना ही नहीं चाहता, सारे ही लीडर बनना चाहते। वर्करां दे विचों ही लीडर निकले ने? वर्करां दे विचों तो निकले, पर पहला वर्कर तो बनना पैंदा ना। पहला दरियां झाड़नियां पैंदियां, बैनर भी लाने पैंदे आ, मेहनत भी करनियां पैंदियां। अजकल थैली दिंदे लीडर बन जांदे। नहीं, वो तो वधिया गल है भी प्रमोशन जल्दी होंदी है। प्रमोशन तो होंदी है पर एक्सपीरियंस नहीं होंदा ना। कोई भी कोठी चो उठेगा, थैली देगा, चापलूसी करेगा किसी लीडर की, चिट्ठी ले लेगा, उन्हें की पता पार्टी बारे? उन्हें पार्टी के पिछोकड़ बारे नहीं पता, उन्हें पार्टी के इतिहास बारे नहीं पता। कोई इदा का कोई होया कदे भी जिहड़ा चिट्ठी ले आया होवे ते उन्हें कदे दरियां ना झाड़ियां होण तुहाडे हिसाब से? मैं कहना चिट्ठी लियाउण तो बाद कभी उन्हें पार्टी की मीटिंग नहीं अटेंड की जी। साडे नाल सांझा करोगे? उन्हें कांग्रेस का स्पैलिंग पूछ लो। ਸਾਡੇ ਨਾਲ ਕਰੋਗੇ ਸਾਂਝਾ ਵੀ ਐਸਾ ਕਿਹੜਾ ਸ਼ਖਸ ਹੈਗਾ ਵੀ ਜਿਹੜਾ ਚਿੱਠੀ ਲਿਆ ਅਤੇ? ਬੜੇ ਸ਼ਖਸ ਹੈ ਜੀ, ਕਿਹੜੇ? ਬਹੁਤ ਸ਼ਖਸ ਹੈ, ਕਿਸੇ ਦਾ ਨਾਂ ਨਹੀਂ ਆਪਾਂ ਲੈਣਾ ਚਾਹੁੰਦੇ। ਹੁਣ ਸਾਡੇ ਵੀਰ ਹੈ, ਕਈ ਮਿਹਨਤ ਕਰਕੇ ਆਏ ਹੈ ਅਤੇ ਕਈ ਸਿੱਧਾ। ਕਿਹੜੀ ਪਾਰਟੀ ਦੀ ਗੱਲ ਕਰਦੇ ਤੁਸੀਂ? ਅਕਾਲੀਆਂ ਦੀ ਜਾਂ ਕਾਂਗਰਸੀਆਂ? ਸਾਰੀਆਂ ਪਾਰਟੀਆਂ 'ਚ ਇਹ ਹਾਲ ਹੈ ਜੀ ਅੱਜ ਕੱਲ੍ਹ। ਅੱਜ ਕੱਲ੍ਹ ਮਿਹਨਤ ਕਰਕੇ ਕੋਈ ਵੀ ਖੁਸ਼ ਨਹੀਂ। ਮਤਲਬ ਕਿ ਉਸ ਸਮੇਂ ਦੀ ਰਾਜਨੀਤੀ ਅਤੇ ਹੁਣ ਦੀ ਰਾਜਨੀਤੀ ਦੇ ਵਿੱਚ ਫਰਕ ਕੀ ਹੈ? ਹੁਣ ਚਾਪਲੂਸਾਂ ਤੁਹਾਡੇ ਹਿਸਾਬ ਸਿਰ ਵੀ ਚਾਪਲੂਸਾਂ ਦੀ ਰਾਜਨੀਤੀ ਹੋ ਰਹੀ ਹੈ ਜਾਂ ਉਸ ਟਾਈਮ ਚਾਪਲੂਸੀ ਕਰਕੇ ਲੋਕ ਪ੍ਰਧਾਨਗੀਆਂ ਲੈ ਗਏ? ਅਤੇ ਚਾਪਲੂਸੀ ਤਾਂ ਦੇਖੋ ਜੀ, ਰਾਜਨੀਤੀ ਜਿੱਥੇ ਹੈਗੀ ਉੱਥੇ ਚਾਪਲੂਸੀ ਤਾਂ ਰਹਿਣੀ ਰਹਿਣੀ ਹੈ। ਚਾਪਲੂਸੀ ਤਾਂ ਪਹਿਲਾਂ ਵੀ ਸੀ, ਹੁਣ ਵੀ ਸੀ, ਪਰ ਪਹਿਲਾਂ ਇਹ ਹੈ ਵੀ ਇੱਕ ਉਸਤਾਦ ਨੂੰ ਉਸਤਾਦ ਮੰਨਿਆ ਜਾਂਦਾ ਸੀ, ਅੱਜ ਕੱਲ੍ਹ ਤਾਂ ਉਸਤਾਦ ਨੂੰ ਕੱਟ ਕੇ ਠਾ ਕੇ ਨਿਕਲ ਜਾਂਦੇ। ਉਸਤਾਦ ਨੂੰ ਕੱਟਣ ਦੀ ਤਾਂ ਗੱਲ ਸ਼ੁਰੂ ਤੋਂ ਹੀ ਹੈ, ਤਾਂ ਮਤਲਬ ਕਿ ਸਦੀਆਂ ਤੋਂ ਰਵਾਇਤ ਹੀ ਚੱਲੀ ਆ ਰਹੀ ਹੈ ਵੀ ਜਿਸ ਬੰਦੇ ਦੀ ਉਂਗਲੀ ਫੜ ਕੇ ਰਾਜਨੀਤੀ ਦੇ ਵਿੱਚ ਕੋਈ ਗਿਆ ਤਾਂ ਉਹਨੂੰ ਕੱਟ ਕੇ ਅੱਗੇ ਵਧਣਾ। ਇਹਦੀਆਂ ਤਾਂ ਆਪਣੇ ਸਾਹਮਣੇ ਕਈ ਮਿਸਾਲਾਂ ਆ ਗਈਆਂ ਨੇ, ਕਈ ਕੁਛ ਆਪਾਂ ਦੇਖਦੇ ਹਾਂ, ਉਹ ਤਾਂ ਪੁਰਾਣੀ ਗੱਲ ਹੈ। ਦੇਖੋ ਜੀ, ਪੁਰਾਣੀ ਗੱਲ ਤਾਂ ਹੈ ਪਰ ਚੱਲ ਤਾਂ ਉਹੀ ਕੁਛ ਰਿਹਾ। ਕੁੱਲ ਮਿਲਾ ਕੇ ਗੱਲ ਹੈ ਵੀ ਕੋਈ ਵੀ ਮਿਹਨਤ ਕਰਨਾ ਨਹੀਂ ਚਾਹੁੰਦਾ। ਉਹ ਜਿਵੇਂ ਕਹਿੰਦੇ ਨਾ, ਕੋਈ ਵੀ ਮਰਨਾ ਨਹੀਂ ਚਾਹੁੰਦਾ ਪਰ ਸਵਰਗ ਸਾਰੇ ਜਾਣਾ ਚਾਹੁੰਦੇ ਆ। ਚਲੋ, ਇਸ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਦੁਬਾਰਾ ਫਿਰ ਇਸੇ ਮੁੱਦੇ ਦੇ ਉੱਤੇ ਆਵਾਂਗੇ। ਮਤਲਬ ਕਿ ਜਿਹੜੀ ਅੱਜ ਦੀ ਰਾਜਨੀਤੀ ਹੈ, ਅੱਜ ਹੁਣ ਲਈਏ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੀ ਉਂਗਲ ਫੜ ਕੇ ਤੁਸੀਂ ਰਾਜਨੀਤੀ ਸਟਾਰਟ ਕੀਤੀ ਸੀ ਜਿੱਥੋਂ ਤੱਕ ਕਿ ਮੈਨੂੰ ਯਾਦ ਹੈ ਜਾਂ ਮੈਂ ਨਹੀਂ ਭੁੱਲਦਾ ਪਿਆ। ਅੱਜ ਕਾਂਗਰਸ ਦੇ ਰਾਜ ਦੇ ਵਿੱਚ ਹੀ ਲੋਕ ਪਰੇਸ਼ਾਨ ਨੇ। ਦੇਖੋ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਕਾਂਗਰਸ ਦੀ ਉਂਗਲ ਫੜ ਕੇ ਹੀ ਰਾਜਨੀਤੀ ਸ਼ੁਰੂ ਕੀਤੀ ਸੀ। ਜਿੰਨੀ ਦੇਰ ਰਿਹਾ ਕਾਂਗਰਸ 'ਚ ਰਿਹਾ, ਜਦੋਂ ਮਰੂੰਗਾ ਕਾਂਗਰਸੀ ਹੀ ਮਰੂੰਗਾ, ਇੱਦਾਂ ਦਾ ਜਜ਼ਬਾ ਹੋਣਾ ਚਾਹੀਦਾ। ਨਾ ਕਿ ਇੱਕ ਪਾਰਟੀ ਛੱਡ ਕੇ ਦੂਜੀ, ਦੂਜੀ ਛੱਡ ਕੇ ਤੀਜੀ, ਤੀਜੀ ਛੱਡ ਕੇ ਚੌਥੀ। ਹਰ 5 ਸਾਲ ਬਾਅਦ ਲੋਕ ਪਾਰਟੀਆਂ ਬਦਲਦੇ ਆ। ਅੱਜ ਕੱਲ੍ਹ ਸਾਡੇ ਇੱਕ ਉੱਘੇ ਲੀਡਰ ਹੈ, ਹਰ 5 ਸਾਲ ਬਾਅਦ ਪਾਰਟੀ ਬਦਲ ਲੈਂਦੇ ਆ, ਪਰ ਨਾਂ ਨਹੀਂ ਲੈਣਾ ਚਾਹੁੰਦੇ, ਪਰ ਜਾਣਦੇ ਸਾਰੇ ਆ। ਪਰ ਹੁਣ ਜੋ ਜਾਣਕਾਰੀ ਸਾਡੇ ਕੋਲ ਹੈਗੀ ਹੈ ਵੀ ਤੁਸੀਂ ਹੁਣ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ, ਕਿਤੇ ਤੁਸੀਂ ਕਾਂਗਰਸ ਪਾਰਟੀ ਨੂੰ, ਜਿਵੇਂ ਤੁਸੀਂ ਕਹਿੰਦੇ ਹੋ ਵੀ ਮੈਂ ਹੋਰ ਕਿਸੇ ਪਾਰਟੀ ਦੇ ਵਿੱਚ ਨਹੀਂ ਜਾਊਂਗਾ, ਕਿਤੇ ਕਾਂਗਰਸ ਪਾਰਟੀ ਦੀ ਪ੍ਰਮੋਸ਼ਨ ਵਾਸਤੇ ਤਾਂ ਨਹੀਂ ਤੁਸੀਂ ਇਸ ਲਾਈਨ ਦੇ ਵਿੱਚ ਆਏ? ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਤਾਂ ਨਹੀਂ ਇਸ ਲਾਈਨ ਦੇ ਵਿੱਚ? ਨਹੀਂ, ਬਿਲਕੁਲ ਨਹੀਂ ਜੀ। ਦੇਖੋ, ਜਦੋਂ ਅਸੀਂ ਕਾਂਗਰਸ ਪਾਰਟੀ 'ਚ ਸੀਗੇ ਉਦੋਂ ਵੀ ਸੇਵਾ ਕਰਦੇ ਸੀ। ਨਹੀਂ, ਤੁਸੀਂ ਆਪ ਹੀ ਕਿਹਾ ਨਾ ਵੀ ਹੁਣ ਅਸੀਂ ਪੱਤਰਕਾਰੀ ਲਾਈਨ 'ਚ ਆਏ ਹਾਂ ਤੇ ਹੁਣ ਵੀ ਅਸੀਂ ਸੇਵਾ ਕਰ ਰਹੇ ਹਾਂ। ਨਹੀਂ ਨਹੀਂ, ਤੁਸੀਂ ਆਪ ਹੀ ਕਿਹਾ ਵੀ ਮੈਂ ਮਰੂੰਗਾ ਵੀ ਕਾਂਗਰਸੀ ਅਤੇ ਰਿਹਾ ਵੀ ਕਾਂਗਰਸੀ। ਮਤਲਬ ਕਿ ਤੁਸੀਂ ਅੱਜ ਵੀ ਪਾਰਟੀ ਦੇ ਨਾਲ ਰਿਲੇਟਡ ਹੈਗੇ ਹੋ? ਪਾਰਟੀ ਨਾਲ ਰਿਲੇਟਡ ਹੈ ਨਹੀਂ ਗਏ ਅਸੀਂ ਬਿਲਕੁਲ ਇਸ ਟਾਈਮ, ਪਾਰਟੀ ਨੂੰ ਅਸੀਂ ਛੱਡਿਆ ਵੀ ਨਹੀਂ। ਵਰਕਰ ਹੈਗੇ ਹਾਂ, ਵਰਕਰ ਰਵਾਂਗੇ,
जिथे पार्टी कभी सेवा दी, जो भी पार्टी साड़ी सेवा की लोड़ होएगी असं उदा ही खड़े हैं। फिर पत्रकारी छड़ दोगे? पत्रकारी भी असं सेवा ही कर रहे हैं जी, हूँ असं दोबारा पार्टी जाना नहीं चाहते, हूँ असी पत्रकारी देखो जिथो तक तुसी पार्टी की गल की है, जिनी देर पार्टी च रहे हैं आपा पार्टी की सेवा की है, निरपक्ष सेवा की है। पार्टी च नहीं रहांगे तद भी असीं सेवा करते रहांगे। बिल्कुल थोड़ा पिछोकड़ यही है, जदों थोड़े बारे जानकारी असीं इकट्ठी की तां जिहड़े उस टाइम थोड़े नाल थोड़ी टीम चलती सीगी वह अज भी तुहानूं याद करती है भी सानूं एक कांग्रेस पार्टी के विच नुमाइंदा इदां दा मिलिया सीगा जिन्हें सानूं एक प्लेटफॉर्म के उत्ते इकट्ठा करके रखिया। पर अज की डेट के विच देखिए तां कांग्रेस पार्टी एक प्लेटफॉर्म के उत्ते की इकट्ठी होनी है, एक फंक्शन दे विच नहीं इकट्ठे होंगे। ये देखो जी उहदा सब तो वड्डा कारण है कि कांग्रेस का लीडर एक ऐसा होना चाहिए जिहड़ा कि सारी पार्टी नूं इकट्ठा रख सके। साढ़े टाइम तो सरदार बेअंत सिंह जी होंदे सी जो कि सारयां नूं नाल लैके चलते सी, जिन्हां नूं एक वार्ड प्रधान तो लैके ब्लाक प्रधान वार्ड प्रधान एक एक बंदे का नाम बूझवानी याद से कैप्टन नूं तां अपने MLA दे बंदे का नाम नहीं याद। मतलब कि इस टाइम कांग्रेस दे विच कोई इदां दा लीडर है नहीं गा जिहड़ा इन्हां नूं एकजुट कर सके, एक मुठ कर सके? नहीं जी, पुराने वर्गे तो है नहीं गे। फिर कौन हुण भी ये सारे जे कैप्टन साहब हुण जदों एक मुठ होने की गल करते हैं, कई तुम उन्होंने लाइव देखे होने हूँ लाइव होंगे ने तो कहते साड़ी पार्टी एक मुठ है, शरारती अंसर ने जोड़े साढ़े बच्चे वड़ के खराबी करते पे ने, वो फिर एक ढोंग करते हैं जो किमें थोड़े साथ? देखो कैप्टन साहब तो जी अपने लैवल से वधिया काम कर रहे हैं, कैप्टन साहब तो अलावा पंजाब कोई दूसरा लीडर है ही नहीं जो कि पार्टी इकट्ठा रख सके। फिर पार्टी इकट्ठी क्यों नहीं हो रही? उधरों देखा जाए नवजोत सिंह सिद्धू अलग, इधरों होर देखे जा लीडर वो अलग, इन दिन सुर आपस के क्यों नहीं रलदियाँ? क्योंकि सुर ना रलन का कारण यह है भी पंजाब के लोगों विश्वास इन्ह पार्टियां तो उठता जा रहा। देखो जी पंजाब के दे जिन्हें भी कांग्रसी भरा है, जिन्हें भी लीडर है सारे कैप्टन साहब के नाल ने, कैप्टन साहब की प्रधानगी मनते हैं। पर कुछ लीडर ऐसे है कुछ शरारती अंसर है जिहड़े बाहरलियां पार्टियां चो आए ने पहला ही, उही कुछ उठक बैठक कर रहे हैं, कोई पुराना कांग्रेसी तो हिलिया ही नहीं अज तक। नहीं फिर तुसी उन्हां नूं नाल लैके चलन का कोई ए क्यों नहीं प्लैन करदी कांग्रेस पार्टी? हुण तुसी पत्रकारी दे खेतर दे विच लंबे समय तो सेवा निभा रहे, अज तुहाडे नाल गलबात करन दा ਇਹ ਸੀਗੀ ਵਜ੍ਹਾ ਸੀਗੀ ਵੀ ਇੱਕ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਕੀ ਪਾਰਟੀ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਇਹ ਇਕਜੁੱਟ ਹੋ ਕੇ ਅੱਗੇ ਚੱਲੇ ਤਾਂ ਜੋ ਲੋਕਾਂ ਦੇ ਵਿੱਚ ਪਾਰਟੀ ਦਾ ਅਕਸ਼ ਵੀ ਨਾ ਖਰਾਬ ਹੋਵੇ ਅਤੇ ਲੋਕ ਵੀ ਨਾਲ ਜੁੜੇ ਰਹਿਣ? ਦੇਖੋ ਜੀ ਆਪਾਂ ਗੱਲ ਕਰੀਏ ਵੀ ਅੱਜ ਕਾਂਗਰਸ ਨੂੰ ਕੋਈ ਗਾਲਾਂ ਕੱਢਦਾ ਨਹੀਂ, ਕਾਂਗਰਸ ਨੂੰ ਨਹੀਂ ਗਾਲਾਂ ਕੱਢਦੇ ਹੈਗੇ, ਲੋਕ ਅਕਾਲੀਆਂ ਨੂੰ ਵੀ ਉਨੀਆਂ ਗਾਲਾਂ ਕੱਢਦੇ ਆ, ਲੋਕ ਆਮ ਆਦਮੀ ਪਾਰਟੀ ਨੂੰ ਵੀ ਉਨੀਆਂ ਗਾਲਾਂ ਕੱਢਦੇ ਆ। ਲੋਕਾਂ ਦਾ ਵਿਸ਼ਵਾਸ ਇਹਨਾਂ ਪਾਰਟੀਆਂ ਤੋਂ ਉੱਠਦਾ ਜਾ ਰਿਹਾ ਇੱਕ ਆਪਸੀ ਰੰਜਿਸ਼ਬਾਜ਼ੀ ਕਰਕੇ ਪਾਰਟੀਆਂ ਦੇ ਵਿੱਚ। ਦੇਖੋ ਜੀ ਸਾਡੇ ਮੁਤਾਬਕ ਜੋ ਪਾਰਟੀਆਂ 'ਚ ਕਮੀ ਆਈ ਹੈ, ਜੋ ਪਾਰਟੀ ਪ੍ਰਧਾਨ ਹੈ ਉਹਨੂੰ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਸਾਰਿਆਂ ਦੇ ਬਾਰੇ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਨਾ ਕਿ ਸਿਰਫ ਕੁਛ 2-4 MLA ਦੀ। ਅਗਰ ਤੁਸੀਂ ਪਾਰਟੀ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲੋਗੇ, ਸਾਰਿਆਂ ਨੂੰ ਮਾਨ ਸਨਮਾਨ ਦਿਓਗੇ, ਬਣਦਾ ਹੱਕ ਦਿਓਗੇ, ਤਾਂ ਕੋਈ ਵੀ ਵਰਕਰ ਕਦੀ ਵੀ ਪਾਰਟੀ ਨੂੰ ਛੱਡ ਕੇ ਨਹੀਂ ਜਾਂਦਾ। ਤੁਸੀਂ ਜਿੰਨੀ ਦੇਰ ਕੰਮ ਕੀਤਾ, ਜਿੰਨੀ ਦੇਰ ਤੁਸੀਂ ਸੇਵਾ ਕੀਤੀ ਪਾਰਟੀ ਦੇ ਵਿੱਚ, ਤੁਹਾਨੂੰ ਮਾਨ ਸਨਮਾਨ ਉਸ ਟਾਈਮ ਦੇ ਵਿੱਚ ਪੂਰਾ ਮਿਲਿਆ? ਦੇਖੋ ਜੀ ਉਹਦੇ 'ਚ ਵੀ ਫਰਕ ਹੈ, ਹੁਣ ਸਾਡੇ ਟਾਈਮ 'ਤੇ ਮਾਨ ਸਨਮਾਨ ਘੱਟ ਵੀ ਮਿਲਦਾ ਸੀ ਫਿਰ ਵੀ ਅਸੀਂ ਪਾਰਟੀ ਨਾਲ ਖੜ੍ਹੇ ਰਹਿੰਦੇ ਸੀ, ਅਸੀਂ ਜੁੜੇ ਰਹਿੰਦੇ ਸੀ। ਅੱਜ ਕੱਲ੍ਹ ਦੇ ਲੋਕ ਜੋ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਸ਼ਾਇਦ ਇੱਦਾਂ ਨਹੀਂ ਕਰ ਪਾਉਂਦੇ। ਕੈਪਟਨ ਸਾਹਿਬ ਨੇ ਤਾਂ ਤੁਹਾਡੇ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਸੌਹਾਂ ਵੀ ਖਾਧੀਆਂ ਵੀ ਨਸ਼ਾ ਇੰਨੀ ਦੇਰ 'ਚ ਖਤਮ ਕਰ ਦਾਂਗੇ, ਪਰ ਅੱਜ ਜੇ ਦੇਖਿਆ ਜਾਵੇ ਤਾਂ ਕੈਪਟਨ ਸਾਹਿਬ ਦੇ ਨਸ਼ਾ ਖਤਮ ਕਰਨ ਵਾਲੇ ਜਿਹੜੇ ਭੋਲੇ ਨੇ ਉਹ ਆਪ ਨਸ਼ਾ ਕਰਦੇ ਫਿਰਦੇ ਨੇ, ਆਪਾਂ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਵੀਡੀਓ ਦੇਖਦੇ ਹਾਂ। ਨਹੀਂ ਐਸੀ ਕੋਈ ਗੱਲ ਨਹੀਂ ਜੀ, ਨਸ਼ਾ ਤਾਂ ਬਹੁਤ ਘੱਟ ਹੋਇਆ, ਨਸ਼ੇ
ਦੀ ਖੇਪ ਬਹੁਤ ਘਟੀ ਹੈ, ਨਸ਼ਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਘਟੀ ਹੈ, ਪਰ ਇਹ ਹੈ ਵੀ ਜਿਸ ਤਰੀਕੇ ਨਾਲ ਖਤਮ ਹੋਣਾ ਚਾਹੀਦਾ ਸੀ ਉਸ ਤਰੀਕੇ ਨਾਲ ਖਤਮ ਨਹੀਂ ਹੋ ਸਕਿਆ। ਉਹ ਖਤਮ ਤੁਹਾਡੇ ਹਿਸਾਬ ਸਿਰ ਖਤਮ ਹੋ ਸਕਦਾ ਜਾਂ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਫਿਰ ਖਤਮ ਕਿਉਂ ਨਹੀਂ ਹੋ ਰਿਹਾ? ਹਾਈਕਮਾਂਡ ਨੂੰ ਕੁਛ ਜ਼ਰੂਰੀ ਸਖ਼ਤ ਫੈਸਲੇ ਲੈਣੇ ਪੈਣਗੇ। ਨਸ਼ਾ ਤਾਂ ਖਤਮ ਹੋ ਸਕਦਾ, ਪਰ ਸਾਡੀ ਕਈ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਉਹ ਕਹਿੰਦੇ ਨੇ ਵੀ ਰਾਜਨੀਤਿਕ ਬੰਦਿਆਂ ਦੀ ਸਾਡੇ ਡਿਪਾਰਟਮੈਂਟ ਦੇ ਵਿੱਚ ਦਖਲ ਅੰਦਾਜ਼ੀ ਬਹੁਤ ਜ਼ਿਆਦਾ। ਜੇ ਅਸੀਂ ਕਿਸੇ ਨਸ਼ਾ ਕਰਨ ਵਾਲੇ ਨੂੰ ਫੜ ਕੇ ਵੀ ਲਿਆਉਂਦੇ ਹਾਂ ਜਾਂ ਕਿਤੇ ਰੇਡ ਕਰਦੇ ਹਾਂ, ਸਾਨੂੰ 100 ਫੋਨ ਉੱਪਰੋਂ ਆ ਜਾਂਦਾ ਵੀ ਇਹ ਬੰਦਾ ਸਾਡਾ ਜੀ, ਇਹ ਬੰਦਾ ਸਾਡਾ, ਇੱਦਾਂ ਦੀ ਵੀ ਗੱਲ ਚੱਲਦੀਆਂ ਨੇ, ਪਤਾ ਲੱਗਦੀਆਂ ਰਹਿੰਦੀਆਂ ਨੇ, ਸੁਣਦੇ ਰਹਿੰਦੇ ਹਾਂ, ਮੁਲਾਜ਼ਮਾਂ ਕੋਲੋਂ ਵੀ ਸੁਣੀਆਂ ਨੇ ਇਹ ਗੱਲਾਂ। ਦੇਖੋ ਜੀ, ਕੈਪਟਨ ਸਾਹਿਬ ਨੂੰ, ਪੰਜਾਬ ਪੁਲਿਸ ਨੂੰ, ਜਿੰਨੇ ਕਮਿਸ਼ਨਰ ਹੈਗੇ ਆ, ਸਾਰਿਆਂ ਨੂੰ ਇੱਕ ਸੁਤੰਤਰ ਅਧਿਕਾਰ ਦੇਣੇ ਚਾਹੀਦੇ ਹੈ ਕਿ ਉਹ ਆਪਣੇ ਲੈਵਲ 'ਤੇ ਨਸ਼ਾ ਖਤਮ ਕਰਨ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਆ ਕਰਨ। ਸਾਰੇ ਜਿਹੜੇ ਅਫਸਰ ਹੈਗੇ ਆ ਵੱਡੇ, ਸਿੱਧੀ ਕੈਪਟਨ ਸਾਹਿਬ ਨੂੰ ਰਿਪੋਰਟ ਕਰਨ, ਵਿੱਚ ਕੋਈ ਲੀਡਰ ਨਹੀਂ ਹੋਣਾ ਚਾਹੀਦਾ, ਕਿਸੇ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਤਾਂ ਨਸ਼ਾ 24 ਤੋਂ 48 ਘੰਟੇ ਵਿੱਚ ਖਤਮ ਹੋ ਜਾਏਗਾ। ਜੇ ਆਪਾਂ ਕਹੀਏ ਵੀ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗੇ, ਤਾਂ ਉਹ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਸਹੁੰ ਖਾਣ ਦੇ ਨਾਲ ਤਾਂ ਨਸ਼ਾ ਖਤਮ ਹੋਣਾ ਨਹੀਂ ਗਾ। ਨਸ਼ਾ ਤਾਂ ਖਤਮ ਕੀਤੇ ਦੇ ਉੱਤੇ ਹੀ ਹੋਣਾ ਨਾ, ਉਹ ਤਾਂ ਇੱਕ ਸਿਰਫ਼ ਮੈਨੂੰ ਲੱਗਦਾ ਵੀ ਉਹਨਾਂ ਨੇ ਇੱਕ ਵੋਟ ਲੈਣ ਵਾਸਤੇ ਇੱਕ ਸਟੰਟ ਖੇਡਿਆ ਸੀਗਾ, ਅਤੇ ਜਿਹੜਾ ਉਹ ਉਸ ਟਾਈਮ ਤਾਂ ਚੱਲ ਗਿਆ, ਪਰ ਉਸ ਤੋਂ ਬਾਅਦ ਜਿਹੜੇ ਹੁਣ ਲੋਕ ਨਾਰਾਜ਼ ਨੇ ਉਹਨਾਂ ਦੇ ਨਾਲ, ਇਹ ਨਾਰਾਜ਼ਗੀ ਉਹਨਾਂ ਕੋਲੋਂ ਮੈਨੂੰ ਲੱਗਦਾ ਨਹੀਂ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੱਲੀ ਜਾਊਗੀ। ਨਹੀਂ, ਐਸੀ ਕੋਈ ਗੱਲ ਨਹੀਂ ਜੀ, ਉਹਨਾਂ ਨੇ ਤਾਂ ਆਪਣੇ ਲੈਵਲ 'ਤੇ ਬਹੁਤ ਕੋਸ਼ਿਸ਼ ਕੀਤੀ ਹੈ, ਨਸ਼ਾ ਖਤਮ ਵੀ ਕੀਤਾ ਹੈ, ਤੋ ਫਿਰ ਆਉਣ ਵਾਲੇ ਟਾਈਮ 'ਚ ਸ਼ਾਇਦ ਇਹਨੂੰ ਬਿਲਕੁਲ ਵੀ ਖਤਮ ਕੀਤਾ ਜਾ ਸਕੇ। ਫਿਰ ਲੋਕਾਂ ਦੇ ਵਿੱਚ ਗੁੱਸਾ ਕਿਉਂ ਆ ਨਸ਼ੇ ਨੂੰ ਲੈ ਕੇ? ਹੁਣ ਕਈ ਪਿੰਡਾਂ ਦੇ ਵਿੱਚ ਦੇਖਦੇ ਹਾਂ, ਮੈਂ ਕਈ ਪਿੰਡਾਂ ਦੇ ਵਿੱਚ ਗਿਆ, ਉਹ ਪਿੰਡਾਂ ਦੇ ਵਿੱਚ ਕਹਿੰਦੇ ਸਾਡੇ ਪਿੰਡਾਂ 'ਚ ਨਸ਼ਾ ਬਹੁਤ ਹੈ, ਸਰਕਾਰ ਕਹਿੰਦੀ ਅਸੀਂ ਨਸ਼ਾ ਖਤਮ ਕਰਤਾ ਜਾਂ ਘਟਾਤਾ। ਫਿਰ ਨਸ਼ਾ ਕਿੱਥੋਂ ਆਉਂਦਾ? ਕਿ ਪਿੰਡਾਂ ਵਾਲੇ ਝੂਠ ਬੋਲਦੇ ਆ? ਪਿੰਡਾਂ ਵਾਲਿਆਂ ਦੀ ਵੀ ਗੱਲ ਚਲੋ ਆਪਾਂ ਬਾਅਦ 'ਚ ਕਰਦੇ ਹਾਂ, ਕਿ ਜਿਹੜੇ ਲੋਕ, ਜਿਹੜੇ ਵੋਟਰ ਇਹ ਕਹਿੰਦੇ ਨੇ ਵੀ ਨਸ਼ਾ ਸ਼ਰੇਆਮ ਵਿਕਦਾ, ਕੀ ਤੁਹਾਨੂੰ ਵੋਟ ਪਾਉਣ ਵਾਲੇ ਤੁਹਾਡੇ ਆਪਣੇ ਵੋਟਰ ਹੀ ਝੂਠ ਬੋਲਦੇ ਨੇ? ਦੇਖੋ ਜੀ, ਨਸ਼ਾ ਤਾਂ ਵਿਕਣਾ ਬਹੁਤ ਘੱਟ ਗਿਆ ਹੈ, ਨਸ਼ਾ ਸ਼ਰੇਆਮ ਨਹੀਂ ਵਿਕਦਾ। ਜੇ ਤੁਹਾਨੂੰ ਲੱਗਦਾ ਕਿ ਨਸ਼ਾ ਸ਼ਰੇਆਮ ਵਿਕਦਾ, ਨਸ਼ਾ ਤੁਸੀਂ ਕੋਈ ਇੱਕ ਵੀ ਜਗ੍ਹਾ ਦੱਸੋ ਜਿੱਥੇ ਨਸ਼ਾ ਸ਼ਰੇਆਮ ਵਿਕਦਾ, ਉੱਥੇ ਦੁਬਾਰਾ ਨਹੀਂ ਵਿਕੇ। ਮਤਲਬ ਤੁਸੀਂ ਇਹ ਗੱਲ ਤਾਂ ਕਮਿਟ ਕਰਦੇ ਹੋ ਵੀ ਨਸ਼ਾ ਲੁੱਕ ਕੇ ਵਿਕਦਾ? ਵਿਕਦਾ ਤਾਂ ਤੁਸੀਂ ਆਪ ਕਮਿਟ ਕਰਦੇ ਹੋ ਵੀ ਨਸ਼ਾ ਲੁੱਕ ਕੇ ਵਿਕਦਾ? ਹਾਂ, ਪੂਰੀ ਤਰ੍ਹਾਂ ਖਤਮ ਨਹੀਂ ਹੋ ਪਾਇਆ ਨਸ਼ਾ, ਲੁੱਕ ਕੇ ਵਿਕਦਾ, ਵਿਕਦਾ ਜ਼ਰੂਰ ਹੈ। ਪਰ ਜੇ ਤੁਸੀਂ ਕਹੋ ਵੀ ਸ਼ਰੇਆਮ ਵਿਕਦਾ, ਹਰੇਕ ਜਗ੍ਹਾ ਵਿਕਦਾ, ਤਾਂ ਇੱਦਾਂ ਦੀ ਕੋਈ ਸ਼ਰੇਆਮ, ਜੇ ਤੁਹਾਨੂੰ ਕੋਈ ਜਗ੍ਹਾ, ਤੁਹਾਨੂੰ ਕੋਈ ਜਾਣਕਾਰੀ ਹੈ, ਤੁਹਾਡੇ ਚੈਨਲ ਨੂੰ ਕੋਈ ਜਾਣਕਾਰੀ ਹੈ ਵੀ ਇਸ ਜਗ੍ਹਾ 'ਤੇ ਨਸ਼ਾ ਵਿਕਦਾ ਹੈ, ਤੁਸੀਂ ਦੱਸੋ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਅੰਮ੍ਰਿਤਸਰ ਦੀ, ਉੱਥੇ ਚਿੱਟੇ ਦਾ ਨਸ਼ਾ ਵਿਕਦਾ ਸੀਗਾ ਗਲੀ ਦੇ ਵਿੱਚ, ਅਤੇ ਉਹਨਾਂ ਨੇ ਕੰਡਾ ਵਗੈਰਾ ਸਾਰਾ ਕੀਤਾ ਹੋਇਆ ਸੀ, ਰੱਖਿਆ ਹੋਇਆ ਸੀਗਾ, ਮੁੰਡੇ ਨੇ ਵੀਡੀਓ ਵੀ ਬਣਾ ਲਈ, ਸਾਰਾ ਕੁਛ ਹੋ ਗਿਆ, ਵੀਡੀਓ ਵਾਇਰਲ ਵੀ ਹੋਈ। ਦੇਖੋ ਜੀ, ਜੇ ਤੁਸੀਂ ਕਹੋ ਤਾਂ ਤੁਹਾਨੂੰ ਵੀਡੀਓ ਹੋਣੇ ਅਸੀਂ ਦਿਖਾ ਵੀ ਸਕਦੇ ਹਾਂ, ਉਹ ਫਿਰ ਸ਼ਰੇਆਮ ਤਾਂ ਸ਼ਰੇਆਮ ਹੀ ਹੋ ਗਿਆ ਨਾ। ਦੇਖੋ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ਾ ਸ਼ੁਰੂ ਕਰਨ ਵਾਲੇ ਹੀ ਅੰਮ੍ਰਿਤਸਰ ਦੇ ਸੀਗੇ, ਹੁਣ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ, ਨਸ਼ਾ ਸ਼ੁਰੂ ਕਰਨ ਵਾਲੇ ਹੀ ਅੰਮ੍ਰਿਤਸਰ ਦੇ ਸੀਗੇ, ਮਤਲਬ ਕਿ ਜਿਨ੍ਹਾਂ ਦਾ ਨਾਮ ਕਈ ਵਾਰੀ ਆਇਆ ਵੀ ਹੈ, ਮਤਲਬ ਕਿ ਨਸ਼ਾ ਜਿਹੜਾ ਸ਼ੁਰੂ ਕੀਤਾ ਉਹ ਅੰਮ੍ਰਿਤਸਰ ਦੀ ਧਰਤੀ ਤੋਂ ਹੀ ਹੋਇਆ? ਦੇਖੋ, ਅੰਮ੍ਰਿਤਸਰ ਦੇ ਕੁਛ ਹੈਗੇ ਆ, ਇੱਕ ਦੋ ਲੀਡਰ ਜਿਨ੍ਹਾਂ ਨੇ ਨਸ਼ਾ ਸ਼ੁਰੂ ਕੀਤਾ, ਸਾਰੇ ਪੰਜਾਬ ਨੂੰ ਪਤਾ ਉਹਨਾਂ ਦਾ ਨਾਮ, ਮੇਰੇ ਤੋਂ ਜ਼ਰੂਰੀ ਕੌਣ, ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ। ਮਨਪ੍ਰੀਤ ਜੀ, ਤੁਹਾਡੇ ਹਿਸਾਬ ਸਿਰ ਵੀ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰਨ ਦੇ ਵਾਰ ਵਾਰ ਗੱਲ ਕੀਤੀ ਜਾਂਦੀ ਹੈ, ਅਖਬਾਰਾਂ ਦੇ ਵਿੱਚ ਕਿਹਾ ਜਾਂਦਾ ਵੀ ਨਸ਼ਾ ਬਹੁਤ ਜਲਦੀ ਖਤਮ ਹੋ ਜੂਗਾ, ਖਤਮ ਕਰ ਦਿੱਤਾ ਜਾਊਗਾ, ਇਹਨੂੰ ਫਿਰ ਖਤਮ ਕਿਸ ਤਰ੍ਹਾਂ ਸਰਕਾਰ ਕਰ ਸਕਦੀ ਹੈ, ਕੀ ਪਲੈਨਿੰਗ ਉਹਨੂੰ ਕਰਨੀ ਚਾਹੀਦੀ ਹੈ? ਤੁਸੀਂ ਇੱਕ ਸੀਨੀਅਰ ਪੱਤਰਕਾਰ ਹੋ, ਲੋਕਾਂ ਦੇ ਵਿੱਚ ਵਿਚਰਦੇ ਹੋ, ਕਿਸ ਤਰ੍ਹਾਂ ਮਤਲਬ ਕਿ ਸਰਕਾਰ ਨੂੰ ਪਲੈਨਿੰਗ ਕਰਨੀ ਚਾਹੀਦੀ? ਦੇਖੋ ਜੀ, ਨਸ਼ਾ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ, ਸਾਰੀਆਂ ਪਾਰਟੀਆਂ ਨੂੰ ਨਸ਼ੇ ਦੇ ਖਿਲਾਫ ਇੱਕਜੁੱਟ ਹੋਣਾ ਪਏਗਾ, ਪੰਜਾਬ ਨੂੰ ਬਚਾਉਣ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਨੌਜਵਾਨੀ ਨੂੰ ਬਚਾਉਣ ਲਈ, ਸਾਰਿਆਂ ਨੂੰ ਇੱਕ ਫਰੰਟ 'ਤੇ ਆ ਕੇ ਨਸ਼ੇ ਦੇ ਖਿਲਾਫ ਖੜਾ ਹੋਣਾ ਪਏਗਾ, ਤਾਂ ਨਸ਼ਾ ਖਤਮ ਹੋ ਸਕਦਾ। ਨਹੀਂ, ਜੇ ਆਪਾਂ ਇੱਕ ਫਰੰਟ ਦੇ ਉੱਤੇ ਸਾਰੀਆਂ ਪਾਰਟੀਆਂ ਦੀ ਗੱਲ ਕੀਤੀ ਹੈ, ਤੁਸੀਂ ਇੱਥੇ ਤਾਂ ਇੱਕ ਪਾਰਟੀ ਹੀ ਇੱਕ ਸਟੇਜ ਦੇ ਉੱਤੇ ਨਹੀਂ ਇਕੱਠੀ ਹੋ ਪਾ ਰਹੀ ਹੈਗੀ, ਸਾਰੀਆਂ ਪਾਰਟੀਆਂ ਕਿੱਦਾਂ ਇਕੱਠੀਆਂ ਹੋ ਜਾਣਗੀਆਂ? ਚਲੋ, ਨਸ਼ੇ ਦੇ ਖਿਲਾਫ ਤਾਂ ਇਕੱਠੇ ਹੋ ਹੀ ਸਕਦੇ ਨੇ ਜੀ,
जे नशे नूं खत्म करन दी गल आंदी आ, पंजाब नूं बचाउण दी गल आंदी आ, तां घट्टो घट्ट सारियां पार्टियां एक फ्रंट ते आ के तुहानूं लगदा कि नशा खत्म करन दी जे गल चलदी है पूर्ण तौर दे उत्ते नशा खत्म करन दी जे गल चलदी है तां सारियां पार्टियां इक मंच ते इकट्ठियां होणगियां? बिल्कुल हो सकदियां जी, अगर वड्डे लीडर चाहण तां जरूर हो सकदियां, होणा वी चाहीदा। पंजाब नूं बचाउण लई इह होना चाहीदा है, पार्टीबाजी तो उपर उठ के इंसानियत तो उपर उठ के यह फैसला लेना पेगा। चलो इस संबंध दे विच आपां गलबात करांगे, फिर हुण आने आपां किसानी मुद्दे ते। एक पासे कैप्टन साहब कहिंदे ने वी किसानां दे मैं नाल खड़ा, दूसरे पासे किसान कहिंदे ने वी पंजाब दी मौजूदा सरकार उहनां नाल पिठ पिछे धक्का करदी, इहदे च कितनी सच्चाई है? देखो पंजाब सरकार किसानां नाल शुरू तो खड़ी आई है, खड़ी है ते खड़ी रहेगी। किस तरह खड़ी रहेगी, कागजां दे विच खड़ी रहेगी जां, क्योंकि अज तक जे कहिए किसानां दे विच कैप्टन साहब तां आए नहीं गए, मैनूं नहीं लगदा भी आए होणगे। जे तुहाडे कोल जानकारी हैगी तां तुसीं सांझी कर सकदे हो साडे नाल, कदे आए ने? देखो जी पंजाब सरकार वल्लों किसानां नूं पूरी सपोर्ट मिल रही है। सपोर्ट तो उन्होंने मिल ही रही है, जदों किसान जथेबंदियों के कई आगुआ नाल गल हुई साडी, उह कहिंदे जदों असी पिंडां तों दिल्ली वल नूं जाने आ तां रस्ते दे विच साडे खड़ के 2-2 हज़ार दे मास्क दे जां अपने सीट बैल्ट दे ये चलान कर दिते जांदे ने। पंजाब सरकार तां नाल खड़ी हुई है अपना उन्हां तों चलाना दे पैसे लैण दी खातर, इस तरह तो नहीं खड़ी कितने? देखो जी जे हुण करोना वर्गी महामारी है जो कि पूरे विश्व में फैली हुई है, उहदे नाल लड़न लई सरकार नूं भी मजबूर होकर कई बार सख्ती करनी पैंदी है। इहदा मतलब यह थोड़ी कि सरकार किसानां नाल खड़ी नहीं है, कि तुसीं चाहुंदे हो कि सारा पंजाब अपना करोना नाल घिर जावे? नहीं, हुण तां सरकार कहिंदी पई है वी देखो महामारी नूं खत्म करन लई, महामारी ਨੂੰ ਬਿਲਕੁਲ ਜੜੋਂ ਮਿਟਾਉਣ ਲਈ ਕੁਛ ਸਖਤ ਫੈਸਲੇ ਗੌਰਮੈਂਟ ਨੂੰ ਲੈਣੇ ਪੈਂਦੇ ਹਨ। ਨਹੀਂ, ਸਖਤ ਫੈਸਲਾ ਤਾਂ ਇਹ ਹੁੰਦਾ ਨਾ ਵੀ ਆਪਾਂ ਪ੍ਰੋਪਰ ਤੌਰ ਦੇ ਉੱਤੇ ਲੋਕਡਾਊਨ ਕਰਤਾ, ਪਰ ਇਹ ਸਖਤ ਫੈਸਲਾ ਨਹੀਂ ਨਾ ਹੈਗਾ ਸਰਕਾਰ ਦਾ ਵੀ ਅੱਧਾ ਦਿਨ ਵਾਸਤੇ ਆਪਾਂ ਬਾਜ਼ਾਰ ਖੋਲ੍ਹਤੇ ਅਤੇ ਅੱਧਾ ਦਿਨ ਵਾਸਤੇ ਬੰਦ ਕਰ ਦਿੱਤੇ। ਕੀ ਤੁਸੀਂ ਇਹਨੂੰ ਸਹੀ ਮੰਨਦੇ ਹੋ ਵੀ 4 ਘੰਟੇ ਵਾਸਤੇ ਬਾਜ਼ਾਰ ਖੋਲ੍ਹ ਦਿਓ ਅਤੇ ਉਸ ਤੋਂ ਬਾਅਦ ਬਾਜ਼ਾਰ ਬੰਦ ਕਰ ਦਿਓ ਅਤੇ ਕਰੋਨਾ ਘੱਟ ਜੂਗਾ? ਦੇਖੋ ਜੀ ਸਾਡੇ ਹੁਣ ਪੰਜਾਬ ਵਿੱਚ ਕਰੋਨਾ ਦੀ ਰੇਸ਼ੋ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ, ਔਰ ਉਮੀਦ ਹੈ ਕਿ ਥੋੜ੍ਹੇ ਦਿਨਾਂ ਬਾਅਦ ਬਾਜ਼ਾਰ ਬਿਜ਼ਨਸ ਪ੍ਰੋਪਰ ਤੌਰ 'ਤੇ ਪਹਿਲਾਂ ਵਾਂਗੂ ਖੋਲ੍ਹ ਦਿੱਤਾ ਜਾਏਗਾ। ਪਰ ਜਿਹੜਾ ਕਰੋਨਾ ਕਾਲ ਦੇ ਵਿੱਚ ਬੱਚਿਆਂ ਦਾ ਨੁਕਸਾਨ ਹੋ ਗਿਆ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ, ਉਹਨੂੰ ਕਿਸ ਤਰ੍ਹਾਂ ਸਰਕਾਰ ਭਰਪਾਈ ਕਰੂਗੀ? ਉਹ ਅਤੇ ਕੋਈ ਸਰਕਾਰ ਨੇ ਪਿਛਲੇ ਦਿਨੀ 8ਵੀਂ 10ਵੀਂ ਦੇ ਬੱਚੇ ਪ੍ਰਮੋਟ ਕਰਤੇ ਸੀ, ਬਿਲਕੁਲ ਕਰਤੇ ਸੀ, ਠੀਕ ਹੈ, ਹੁਣ ਘਰ ਬੈਠ ਕੇ ਪੜ੍ਹਾਈ ਹੋ ਰਹੀ ਹੈ, ਜਿਹੜਾ ਬੱਚਾ ਫੀਸ ਨਹੀਂ ਦੇ ਪਾਉਂਦਾ ਸਕੂਲ ਵਾਲਾ ਉਹਦਾ ਨਾਮ ਹੀ ਨਹੀਂ ਕੱਟ ਸਕਦਾ। ਸਰਕਾਰ ਵੱਲੋਂ ਜੋ ਸਪੋਰਟ ਹੋ ਸਕਦੀ ਹੈ ਸਰਕਾਰ ਕਰ ਰਹੀ ਹੈ, ਪਰ ਸਰਕਾਰ ਜਿੱਥੇ ਮਹਾਂਮਾਰੀ ਹੈ ਤੁਸੀਂ ਸਰਕਾਰ ਨੂੰ ਨਾ ਘੇਰੋ, ਇਸ ਟਾਈਮ ਸਰਕਾਰ ਦੀ ਗੱਲ ਨਾ ਕਰੋ। ਜਦੋਂ ਮਹਾਂਮਾਰੀ ਹੈ, ਪਹਿਲਾਂ ਮਹਾਂਮਾਰੀ ਜਦੋਂ ਖਤਮ ਹੋ ਜਾਏਗੀ ਸਾਰਾ ਕੁਝ ਠੀਕ ਹੋ ਜਾਏਗਾ। ਮਹਾਂਮਾਰੀ ਨੂੰ ਖਤਮ ਕਰਨ ਲਈ, ਬੱਚਿਆਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਹੀ ਘਰ ਬਿਠਾਇਆ ਗਿਆ। ਸਰਕਾਰ ਨੇ ਸਾਰੇ ਬੱਚੇ ਪ੍ਰਮੋਟ ਕਰ ਦਿੱਤੇ, ਤੁਸੀਂ ਆਪ ਵੀ ਹੁਣ ਦੱਸਿਆ ਵੀ ਪ੍ਰਮੋਟ ਕਰ ਦਿੱਤੇ ਸਾਰੇ, ਜਿਹੜੇ ਬੱਚੇ ਪ੍ਰਮੋਟ ਹੋਏ ਨੇ ਉਹਨਾਂ ਨੇ ਕੱਲ੍ਹ ਨੂੰ ਸਰਕਾਰੀ ਨੌਕਰੀਆਂ ਵਾਸਤੇ ਅਪਲਾਈ ਕਰਨਾ, ਕੀ ਉਹਨਾਂ ਸਾਰਿਆਂ ਬੱਚਿਆਂ ਨੂੰ ਸਰਕਾਰ ਨੌਕਰੀ ਦੇ ਪਾਊਗੀ? ਪ੍ਰਮੋਟ ਤਾਂ ਕਰਤੇ ਉਹਨਾਂ ਨੇ, ਨੌਕਰੀਆਂ ਦੇ ਪਾਊਗੀ? ਦੇਖੋ ਜੀ ਜਿਹੜਾ ਬੱਚਾ ਐਲੀਜੀਬਲ ਹੋਏਗਾ ਉਹਨੂੰ ਨੌਕਰੀ ਮਿਲੇਗੀ। ਨਹੀਂ ਨਹੀਂ, ਜਿਵੇਂ ਹੁਣ ਜੇ ਆਪਾਂ ਪਿਛਲੇ ਸਾਲਾਂ ਦੇ ਉੱਤੇ ਜਾਈਏ ਤਾਂ ਜੇ ਆਪਾਂ ਇੱਕ ਕਲਾਸ ਦੀ ਗੱਲ ਕਰੀਏ, 10ਵੀਂ ਦੀ ਗੱਲ ਕਰਦੇ ਹਾਂ, 10ਵੀਂ ਦੇ ਵਿੱਚ ਜੇ 1 ਲੱਖ ਬੱਚੇ ਨੇ ਪੇਪਰ ਦਿੱਤਾ ਤਾਂ ਉਹਦੇ ਵਿੱਚੋਂ 80,000 ਪਾਸ ਹੁੰਦਾ ਸੀਗਾ, 40,000 ਦੇ ਏ ਗ੍ਰੇਡ ਆਉਂਦੀ ਸੀਗੀ, ਫਿਰ ਬੀ ਗ੍ਰੇਡ ਆਉਂਦੀ ਸੀ, ਫਿਰ ਸੀ ਗ੍ਰੇਡ ਆਉਂਦੀ ਸੀਗੀ, 20% ਬੱਚੇ ਫੇਲ ਵੀ ਹੁੰਦੇ ਸੀ। ਹੁਣ ਤਾਂ ਸਾਰੇ ਪਾਸ ਕਰਦੇ, ਜਿਹੜੇ ਸਾਰੇ ਪਾਸ ਕਰਦੇ ਕੀ ਸਾਰਿਆਂ ਨੂੰ ਨੌਕਰੀਆਂ ਦੇ ਸਕਦੀ? ਤੁਸੀਂ ਦੱਸੋ ਜੀ 1 ਸਾਲ ਦੀ ਪੜ੍ਹਾਈ ਨਾਲ ਕਦੀ ਕਿਸੇ ਨੂੰ ਨੌਕਰੀ ਮਿਲਦੀ ਆ? ਮੈਂ ਸਾਰੀਆਂ ਕਲਾਸਾਂ, ਤੁਸੀਂ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਕਿੰਨੀਆਂ ਕਲਾਸਾਂ ਬਣਦੀਆਂ, ਕਿੰਨੇ ਸਾਲ ਤੁਸੀਂ ਪੜ੍ਹਾਈ ਕਰਦੇ ਹੋ, ਕੀ 1 ਸਾਲ ਦੀ ਪੜ੍ਹਾਈ ਨਾਲ ਕਿਸੇ ਨੂੰ ਨੌਕਰੀ ਮਿਲਦੀ ਆ? ਨਹੀਂ ਮਿਲਦੀ। ਜੇ 1 ਸਾਲ ਬੰਦਾ ਪ੍ਰੋਪਰ ਨਹੀਂ ਪੜ੍ਹ ਪਾਇਆ ਤਾਂ ਉਹਦੇ ਨਾਲ ਕਿੰਨਾ ਕੁ ਫਰਕ ਪੈ ਜਾਏ? ਨਹੀਂ ਨਹੀਂ ਨਹੀਂ, ਮੇਰਾ ਮਤਲਬ ਇਹ ਹੈ ਵੀ ਉਹਨਾਂ ਕੋਲ ਪਾਸ ਦਾ ਸਰਟੀਫਿਕੇਟ ਤਾਂ ਚਲਾ ਗਿਆ, ਜਦੋਂ ਕੱਲ੍ਹ ਨੂੰ ਸਰਕਾਰ ਨੇ ਨੌਕਰੀ ਕੱਢਣੀ ਹੈ, 10ਵੀਂ ਪਾ ਆਪਾਂ ਮੰਨ ਲਓ ਵੀ 10ਵੀਂ ਪਾਸ ਵਾਲਿਆਂ ਦੀ ਨੌਕਰੀ ਦੀ ਗੱਲ ਕਰਦੇ,
जे दसवीं पास वाले चपड़ासी की नौकरी भी मिलनी है तो की उत्थे दो वैकेंसियां या पांच वैकेंसियां होणगियां ते भरन वाले 20,000 होणगे पूरी कर पाऊगी सरकार को जिन्नियां वैकेंसियां होणगियां उन्नी ही नौकरी दी जाएगी फिर पास करन दा प्रमोट करन दा की होया बच्चों की तां देखो जिहड़े बच्चे पास किए गए उन्हां नूं नौकरियां भी मिलणगियां ये नहीं है कि जिहड़े बच्चे नूं सर्टिफिकेट इशू होया पास होण तां उन्हूं नौकरी नहीं दी जाएगी इदां नहीं होएगा मतलब जिहड़ा बच्चा एलीजिबल होएगा जिहड़ा अगे पढ़ाई करेगा जिहड़ा बंदा उन्हूं नौकरी जरूर मिलेगी मतलब कि जिहड़े प्रमोट किए गए सारे नौकरियां दूगी सरकार थोड़े हिसाब से बिल्कुल देनी पेगी बच्चों को खाली सर्टिफिकेट थोड़ी दिता गया जिहड़े बच्चे ने जिनी पढ़ाई की है उस पढ़ाई के अकॉर्डिंग जो एलीजिबिलिटी बनेगी पढ़ाई उस हिसाब नौकरी दी जाएगी पढ़ाई तो उन्होंने इस साल के की भी नहीं मिली चलो जो एक साल 6 महीने नहीं की होगी तो पहला तो करते आ रहे हैं जी अगों भी करे चलो तुहाडी सरकार है तुसीं अपनी सरकार की हमायत तो करनी करनी है कुछ ना कुछ तो नहीं सरकार कोई भी होवे जी नहीं भी सरकार कोई भी होवे अगर अगर सरकार ने फैसला लिया बच्चों को प्रमोट करन दा ते ओ अगो नवी क्लास में दाखला भी मिलेगा और उन्होंने नौकरी भी दी पर जे आप गल करिए भी हुण तुहाडी कैप्टन साहब की सरकार है पर लोग कई ये भी कहते हैं भी जदों अकाली दल की सरकार सी उदो सुख सहूलत बढ़ दती गई हूँ साड़िया सहूलत बंद कर दी गई बारे थोड़ा चानना पाओगे देखो जी कोई सुख सहूलत बंद नहीं की गई सारियां नूं पता है अकालिया के टाइम से कि सहूलत मिलती सी ते हुण कि मिल रही है ये सारियां नूं पता हुण जे आपां गल करिए बस जिहड़ा बसां दा सफ़र इन्होंने फ्री किया महिलावां वास्ते पर महिलावां ही कहिंदियां पईआं ने भी जिथे स्टैंड बनिया होया उत्थे बस नहीं रुकदी है सानूं फ्री सेवा देण दा फायदा की है कैप्टन सरकार तुहाडी नॉलेज होणी है गल देखो जी सरकार वालों अगर लेडीज़ नूं फ्री बस की सेवा दी गई है तो एक चंगा उपराला तुसी इस नूं दूजे तरीके नाल क्यों देख रहे हो हुण जे बस दे विच 52 सीटां वै तो उत्थे 200 जनानियां थोड़ी बिठाईआं जाणियां नहीं 52 सीटां तां उह तां करोना करके उन्होंने 52 भी नहीं बिठा रहे हैगे उदों भी घट बिठा रहे हैं जो भी सरकार की गाइडलाइन हैगी है उस दे अकॉर्डिंग जिन्ने बंदे एक टाइम पर बैठ सकते हैं उन्ने ही बैठणगे मतलब कि तुहानूं भी लगता कि स्कीम देने नाल नाल सरकार होर कितने ये स्कीम 2022 दे विच वोटां लैण दी खातर तां नहीं एक लॉलीपॉप दे दित्ता गया तो देखो जी सरकार ने 5 साल मार्केट में पंजाब में चंगा काम किया है उन्होंने काम के आधार पर ही सरकार साड़ी दोबारा आएगी और असी इस तो भी ज़्यादा मजोरिटी चाहवा वैसे हुण असी ये गल तो थोड़ी मनण योग होगी जिहड़ी गल तुसीं पहले की है भी पौड़ी चढ़न वास्ते चापलूसी करनी पैंदी है देखो जी जिहड़ा एक एक पौड़ी चढ़ के जाएगा वह कभी इंसान जिंदगी गिरदा नहीं उन्हें पता होंगे किहड़ी पौड़ी कित्थे है जिहड़ा सीधा पौड़ी चढ़ेगा वह अज भी गिरिया तो कल भी गिरिया तुहाडे सामने ही है जी कई गिरदे आ तो कई गिर जाने जिन्हें मेहनत नहीं की जब तक तुहानू पूरी भुख नहीं लगी होएगी तुहानू रोटी का स्वाद किदां आएगा जी ये तो है ही है जे तुहाडा ढिड भरिया होया कि तुसीं उत्तों रोटी खा पाओगे हुण ढिड भरे की जे तुसीं गल करदे हो तो लोग तो ये भी कहते हैं भी कांग्रेस आउंदी है कांग्रेस अपना ढिड भर के चली जाती है अकाली आउंदे ने अकाली अपना ढिड भर के चले जाते नहीं इदां दी कोई गल नहीं जी किसान जथेबंदियों नू दिल्ली बैठिया नू लंबा समा हो गया देखो जी किसान जथेबंदियां दिल्ली बैठिया हैं वह एक BJP जो कि फैसला नहीं लै पा रही किसानों के हक जो उन्होंने करना चाहिए अगर सेंटर की गौरमेंट चाहे तो 3 काले कानून वापस लै सकती है तो सारा कुछ ठीक हो जाएगा अगर पंजाब के हाथ 3 काले कानून वापस लैन की पावर होंगी तो पंजाब कदों का खत्म कर देता चलो वो तो लोगों ने आप ही जवाब दे देना उन्होंने जिस हिसाब से भी हम मोदी सरकार को देखो मोदी सरकार को जवाब तो सारे देश ने दे ही दिता जी सारे देश निघा स्वागत हो रहा उन्होंने और पिछले जगराओं भी होया पहला फिरोजपुर होया हुशियारपुर हो चुका बैंगलोर से तुम देखा कितना तगड़ा स्वागत होया उन्होंने तो फिर जो जे कर्म करेंगे वह जि कम होगा ये तो इतना भी लोग हूँ मन बनाई बैठे ने मैनू लगता भी मोदी सरकार तो यह शुरुआत हुई है ये पता नहीं किहड़ी पार्टी दे उत्ते आ के मुकनी देखो जी ये तो हुण तुसीं पत्रकार लोग कुछ भी कह सकते हो नहीं मोदी दा दी कोई गल नहीं है मोदी सरकार तो शुरुआत हुई है ये क्योंकि अज दी जिहड़ी नौजवान पीढ़ी है वो
ਰਾਜਨੀਤਿਕ ਲੋਕ ਕਈ ਪਿੰਡਾਂ ਦੇ ਵਿੱਚ ਤਾਂ ਆਪਾਂ ਇਹ ਦੇਖੀਏ ਵੀ ਉਹਨਾਂ ਨੇ ਬੋਰਡ ਲਗਾਏ ਹੋਏ ਨੇ ਪਿੰਡਾਂ ਦੇ ਵਿੱਚ ਵੀ ਇੱਥੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਅੰਦਰ ਨਹੀਂ ਆ ਸਕਦਾ। ਦੇਖੋ ਜੀ ਇਹ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਦੇਖਦੇ ਹੋ ਵੀ ਉਹ ਤੁਹਾਨੂੰ ਪ੍ਰੋਫੈਸਰ ਸਾਹਿਬ ਇਹ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਹੈ, ਤੁਹਾਡੇ ਸਾਹਮਣੇ ਦੀ ਗੱਲ ਹੈ। ਅਗਲੀ ਵਾਰੀ ਫਿਰ ਕਾਂਗਰਸ ਪੰਜਾਬ 'ਚ ਆਏਗੀ ਅਤੇ ਅਸੀਂ ਪੂਰੀ ਮਜੋਰਟੀ ਸਰਕਾਰ ਬਣਾਵਾਂਗੇ। ਹੁਣ ਜੇ ਹੁਣ ਕਾਂਗਰਸ ਪਾਰਟੀ, ਕਾਂਗਰਸ ਲਾ ਲਓ, ਅਕਾਲੀ ਦਲ ਲਾ ਲਓ, ਅੱਜ ਕੱਲ੍ਹ ਰਾਜਨੀਤੀ ਹੋ ਰਹੀ ਹੈ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ। ਹਾਂਜੀ, ਪਿੰਡ ਪਿੰਡ ਦੇ ਵਿੱਚ ਲੱਖਾ ਸਿਧਾਣਾ ਮੀਟਿੰਗਾਂ ਕਰਦਾ ਪਿਆ, ਉੱਧਰ ਦੀਪ ਸਿੱਧੂ ਨੇ ਵੀ ਜਮਾਤ ਹੋਣ ਤੋਂ ਬਾਅਦ ਪਿੰਡ ਪਿੰਡ ਜਾਣਾ ਸ਼ੁਰੂ ਕਰਤਾ। ਇਹ ਤੁਹਾਨੂੰ ਕੀ ਲੱਗਦਾ ਵੀ ਇਹ ਵੋਟਾਂ ਲੈਣ ਵਾਸਤੇ ਨੇ ਜਾਂ ਇਹ ਸਹੀ ਦੇ ਵਿੱਚ ਕਿਸਾਨਾਂ ਦੀ ਮਦਦ ਕਰ ਰਹੇ? ਦੇਖੋ ਦੀਪ ਸਿੱਧੂ ਹੈ ਭਾਵੇਂ ਲੱਖਾ ਸਿਧਾਣਾ ਦਾ ਜੋ ਕਿ ਕਿਸਾਨੀ ਸੰਘਰਸ਼ 'ਚ ਲੱਗੇ ਹੋਏ ਆ, ਕਿਸਾਨਾਂ ਦੀ ਹੈਲਪ ਕਰ ਰਹੇ ਆ, ਕਿਸਾਨਾਂ ਦੇ ਪੁੱਤਰ ਆ, ਪਾਰਟੀ ਇਹਨਾਂ ਦੇ ਪੂਰਾ ਨਾਲ ਹੈ, ਪਾਰਟੀ ਵੱਲੋਂ ਜੋ ਵੀ ਸਹਿਯੋਗ ਹੋਏਗਾ ਇਹਨਾਂ ਨੂੰ ਦਿੱਤਾ ਜਾਏਗਾ। ਕਿਤੇ ਪਾਰਟੀ ਦੀ ਖਾਤਰ ਤਾਂ ਨਹੀਂ ਇਹ ਕਰਦੇ? ਮਤਲਬ ਪਾਰਟੀ ਦੀ ਖਾਤਰ, ਮਤਲਬ ਕੱਲ੍ਹ ਨੂੰ ਵੋਟਾਂ ਆ ਰਹੀਆਂ ਨੇ, ਕੱਲ੍ਹ ਨੂੰ ਕਿਤੇ ਨਾ ਕਿਤੋਂ ਇਲੈਕਸ਼ਨ ਲੜਨ ਦੀ ਤਿਆਰੀ ਤਾਂ ਨਹੀਂ ਕਰਦੇ? ਕੁਛ ਵੀ ਹੋ ਸਕਦਾ, ਐਵਰੀਥਿੰਗ ਇਜ਼ ਪੋਸੀਬਲ, ਕੋਈ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਕੁਛ ਦਿਨਾਂ 'ਚ ਤੁਹਾਡੇ ਸਾਹਮਣੇ ਚਿਹਰਾ ਆ ਜਾਏਗਾ। ਤੁਹਾਨੂੰ ਕੀ ਲੱਗਦਾ ਵੀ ਇਹਨੂੰ ਇਹਨਾਂ ਨੂੰ ਇਹ ਕਿਸਾਨਾਂ ਦੇ ਸਹੀ ਦੇ ਵਿੱਚ? ਦੇਖੋ ਜੀ ਸਾਡੇ ਮੁਤਾਬਕ ਤਾਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹੈ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ, ਕੇਂਦਰ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਜਲਦ ਤੋਂ ਜਲਦ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ। ਦੇਖੋ ਅੰਤ ਵਿੱਚ ਮਨੇਸਰ ਸਾਹਿਬ ਮੈਂ ਇਹੀ ਗੱਲ ਕਹਿਣਾ ਚਾਹਾਂਗਾ, ਅਗਰ ਸੈਂਟਰ ਵਿੱਚ ਕਾਂਗਰਸ ਦੀ ਸਾਡੀ ਸਰਕਾਰ ਹੁੰਦੀ ਤਾਂ ਕਿਸਾਨਾਂ ਨੂੰ ਇੱਕ ਦਿਨ ਵੀ ਦਿੱਲੀ ਨਾ ਬੈਠਣਾ ਪੈਂਦਾ। ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ, ਮੋਦੀ ਬੈਠਾ। ਦੇਖੋ ਜੀ ਜਦ ਤੱਕ ਹੁਣ ਮੋਦੀ ਸਾਹਿਬ ਬੈਠੇ ਹੈ ਤਾਂ ਹੀ ਇੰਨੀਆਂ ਪ੍ਰੋਬਲਮ ਆ ਰਹੀਆਂ, ਅਗਰ ਕਾਂਗਰਸ ਹੁੰਦੀ ਤਾਂ ਇੰਨੀ ਪ੍ਰੋਬਲਮ ਨਾ ਆਉਂਦੀ, ਕਿਉਂਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜੋ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਅਕਾਲੀ ਦਲ ਨਾਲ ਲੈ ਕੇ ਨਹੀਂ ਚੱਲਦਾ? ਅਕਾਲੀ ਦਲ ਨਾਲ ਲੈ ਕੇ ਚੱਲਦਾ ਹੁੰਦਾ ਤਾਂ ਫਿਰ ਸੈਂਟਰ 'ਚ ਬੈਠ ਕੇ ਫਿਰ ਬੀਜੇਪੀ ਦੇ ਹਿਮਾਇਤੀ ਸੀ ਪਾਰਟੀ, ਇਹ ਇੰਨੇ ਸਾਲ ਬੀਜੇਪੀ ਦੀ ਹਿਮਾਇਤੀ ਰਹੀ ਹੈ, ਇਹਨਾਂ ਦੇ ਸਾਹਮਣੇ ਕਾਨੂੰਨ ਬਣੇ ਹੈ, ਸਾਰਾ ਕੁਝ ਇਹਨਾਂ ਦੇ ਸਾਹਮਣੇ ਹੋਇਆ ਵਾ, ਉਦੋਂ ਫਿਰ ਇਹਨਾਂ ਨੇ ਕਿਉਂ ਨਹੀਂ ਆਵਾਜ਼ ਉਠਾਈ? ਇਹਨਾਂ ਨੂੰ ਹੁਣ ਆਵਾਜ਼ ਉਠਾਉਣੀ ਯਾਦ ਆ ਗਈ? ਉਹ ਤਾਂ ਕੈਪਟਨ ਸਾਹਿਬ ਦੇ ਵੀ ਬਰਾਬਰ ਦੀ ਭਾਗੀਦਾਰੀ ਹੁੰਦੀ ਹੋਈ ਹੈ। ਕੈਪਟਨ ਸਾਹਿਬ ਤਾਂ ਪੰਜਾਬ 'ਚ CM ਹੈ ਨਾ, ਅਕਾਲੀ ਦਲ ਤਾਂ ਬੀਜੇਪੀ ਦਾ ਸਹਿਯੋਗੀ ਰਿਹਾ ਵਾ, ਸਾਰਿਆਂ ਨੂੰ ਪਤਾ। ਹੁਣ ਉਦੋਂ ਇਹ ਕਾਲਾ ਕਾਨੂੰਨ ਨਾ ਹੀ ਬਣਨ ਦਿੰਦੇ? ਵੀ ਇਕੱਲੇ ਅਕਾਲੀ ਦਲ ਨੇ ਤਾਂ ਨਹੀਂ ਕੀਤਾ ਹੈਗਾ, ਉਹ ਤਾਂ ਸਾਰੀਆਂ ਪਾਰਟੀਆਂ ਦੀ ਮੌਜੂਦਗੀ ਦੇ ਵਿੱਚ ਹੀ ਸਾਰਾ ਕੁਛ ਹੋਇਆ ਹੈ। ਇੱਕ ਬੰਦਾ ਤਾਂ ਜ਼ਿੰਮੇਵਾਰ ਹੈ ਨਹੀਂ ਨਾ, ਪਰੇਸ਼ਾਨ ਤਾਂ ਹੁਣ ਕਿਸਾਨ ਹੋ ਰਹੇ ਨੇ, ਆਪਾਂ ਆਮ ਪਬਲਿਕ ਹੋ ਰਹੀ ਹੈ, ਕਿਉਂਕਿ ਜੇ ਗੱਲ ਕਰੀਏ ਤਾਂ ਕਿਸਾਨ ਇਕੱਲੇ ਨਹੀਂ ਮਜਬੂਰ ਹੁੰਦੇ ਉੱਥੇ ਬੈਠਣ ਨੂੰ, ਹਰੇਕ ਬੰਦਾ ਮਜਬੂਰ ਆ। ਦੇਖੋ ਜੀ ਅਸੀਂ ਤਾਂ ਪਰਮਾਤਮਾ ਅੱਗੇ ਇਹੀ ਦੁਆ ਕਰਾਂਗੇ ਕਿ ਜਲਦ ਤੋਂ ਜਲਦ ਕਿਸਾਨਾਂ ਦਾ ਮਸਲਾ ਹੱਲ ਹੋਵੇ, ਕਾਲੇ ਕਾਨੂੰਨ ਰੱਦ ਹੋਣ ਤਾਂ ਕਿ ਕਿਸਾਨ ਆਪਣੇ ਘਰ ਆ ਸਕਣ। ਬਾਕੀ ਕਾਂਗਰਸ ਪਾਰਟੀ ਵੱਲੋਂ ਜੋ ਵੀ ਸਹਿਯੋਗ ਚਾਹੀਦਾ, ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਸੀ, ਹੈ ਅਤੇ ਰਹੇਗੀ। ਅਤੇ ਹੁਣ ਆਪਾਂ ਅੱਜ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਸਾਫ਼ ਸੁਥਰੀ ਰਾਜਨੀਤੀ ਕਰਨ ਵਾਸਤੇ ਜਾਂ ਬਣਾਉਣ ਵਾਸਤੇ ਪਾਰਟੀਆਂ ਨੂੰ ਕੀ ਕਰਨਾ ਚਾਹੀਦਾ ਤੁਹਾਡੇ ਸਾਹਿਬ, ਜਿਹਦੇ ਵਿੱਚ ਨੌਜਵਾਨ ਵਰਗ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ, ਹੋਰ ਵਰਗ ਅੱਜ ਦੀ ਡੇਟ 'ਚ ਦੇਖੀਏ ਟੀਚਰ ਪਰੇਸ਼ਾਨ ਨੇ, ਨੌਜਵਾਨ ਪਰੇਸ਼ਾਨ ਨੇ, ਹਰੇਕ ਅਦਾਰਾ ਪਰੇਸ਼ਾਨ ਹੈ, ਵੀ ਇਹ ਕੀ ਹੋਣਾ ਚਾਹੀਦਾ ਜਿਹਦੇ ਨਾਲ ਪੰਜਾਬ ਦੀ ਬਿਹਤਰੀ ਹੋ ਸਕੇ? ਦੇਖੋ ਜੀ ਕੋਈ ਵੀ ਪਾਰਟੀ ਜਦੋਂ ਕੋਈ ਫੈਸਲਾ ਲੈਂਦੀ ਹੈ, ਜਦੋਂ ਕੋਈ ਕਾਨੂੰਨ ਬਣਾਉਂਦੀ ਹੈ, ਉਸ ਨੂੰ ਹਰੇਕ ਵਰਗ ਬਾਰੇ ਪਹਿਲਾਂ ਸੋਚਣਾ ਚਾਹੀਦਾ ਕਿ ਇਸ ਫੈਸਲੇ ਦਾ, ਇਸ ਕਾਨੂੰਨ ਦਾ ਕਿਸ ਵਰਗ 'ਤੇ ਕੀ ਇਫੈਕਟ ਪਏਗਾ। ਜਦੋਂ ਸਾਰਿਆਂ ਨੂੰ ਦੇਖ ਕੇ, ਸਮਝ ਕੇ, ਸੋਚ ਕੇ, ਸਾਰਿਆਂ ਦਾ ਹਿੱਤ ਦੇਖ ਕੇ ਕੋਈ ਫੈਸਲਾ ਕਰਨਗੇ ਉਦੋਂ ਕੋਈ ਨੁਕਸਾਨ ਨਹੀਂ ਹੋਏਗਾ। ਪਾਰਟੀਆਂ ਦੇ ਵਿੱਚ ਹੁਣ ਮਤਲਬ ਕਿ ਸਾਫ਼ ਸੁਥਰੀ ਰਾਜਨੀਤੀ ਹੈ ਜਿਹੜੀ, ਉਹ ਕੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖੀ ਜਾਊਗੀ? ਕਿਉਂਕਿ ਕਦੇ ਸਮਾਂ ਇੱਦਾਂ ਦਾ ਸੀਗਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ, ਪਰ ਅੱਜ ਦੀ ਡੇਟ ਦੇ ਵਿੱਚ ਜੇ ਦੇਖੀਏ ਤਾਂ ਇਸ ਸੋਨੇ ਦੀ ਚਿੜੀ ਦੇ ਖੰਭ ਹੈ ਜਿਹੜੇ ਉਹ ਖਿਲਰੇ ਪਏ। ਕੀ ਇਹ ਦੁਬਾਰਾ ਸੋਨੇ ਦੀ ਚਿੜੀ ਬਣੂੰਗਾ? ਦੇਖੋ ਜੀ ਬਹੁਤ ਅਫਸੋਸ ਦੀ ਗੱਲ ਹੈ, ਕਿਸੇ ਟਾਈਮ 'ਤੇ ਸਾਡਾ ਪੰਜਾਬ, ਹਿੰਦੁਸਤਾਨ ਸੋਨੇ ਦੀ ਚਿੜੀ ਕਹਾਉਂਦਾ ਸੀ,
पर जो गल नहीं है असं परमात्मा अगे यही बेनती करांगे अरदास करांगे कि जल्द ही पंजाब खुशहाल बने। ये सन अपने नाल जगत टाइम टीवी तो मनप्रीत सिंह अरोड़ा जी जिन्हां दे नाल राजनीति दे संबंध दे विच कई गल्लां होईयां, किसानी दे संबंध विच कई गल्लां होईयां। देखते हैं आने वाले समय दे विच साडा पंजाब दोबारा सोने की चिड़ी कदों बनदा है।